ਆਖਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਨੂੰ ਲਿਖੀ ਚਿੱਠੀ ਦਾ ਜਵਾਬ ਮਿਲ ਹੀ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖੀ ਸੀ ਕਿ ਜਿਹੜਾ ਸੈਂਟਰ ਸਰਕਾਰ ਨੇ ਵਿਆਤੀ ਵਿਕਾਸ ਫੰਡ ਰੋਕੇ ਰੱਖਿਆ ਜਿਹੜਾ ਲਗਭਗ 5537 ਕਰੋੜ ਰੁਪਏ ਬੰਦੇ ਨੇ ਉਹਨਾਂ ਨੇ ਰਾਜਪਾਲ ਬਨਵਾਰੀ لال ਪ੍ਰੋਹੋ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਸੈਂਟਰ ਦੇ ਨਾਲ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ 5537 ਕਰੋੜ ਰੁਪਏ ਵਿਆਤੀ ਵਿਕਾਸ ਫੰਡ ਦੇ ਰੁਕੇ ਨੇ ਉਹਨਾਂ ਨੂੰ ਜਾਰੀ ਕਰਵਾਉਣ ਵਾਸਤੇ ਦਖਲ ਦਿਓ ਸੈਂਟਰ ਸਰਕਾਰ ਨਾਲ ਗੱਲ ਕਰੋ ਤੇ ਉਸ ਮਸਲੇ 'ਚ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਚਿੱਠੀ ਦੇ ਨਾਲ ਉਹਨਾਂ ਨੇ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ ਜਿਸ ਕਰਕੇ ਲੱਗਦਾ ਹੈ ਕਿ ਹੁਣ ਚਿੱਠੀਆਂ ਦੀ ਜਿਹੜੀ ਖੇਡ ਆ ਉਹ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਚਕਾਰ ਇਵੇਂ ਚੱਲਦੀ ਰਹੇਗੀ ਔਰ ਇਹਨਾਂ ਚਿੱਠੀਆਂ ਦੇ ਵਿੱਚ ਜੋ ਅਦਾਨ ਪ੍ਰਦਾਨ ਚੱਲਿਆ ਜਿਹੜੀ ਤਾਜ਼ਾ ਜਿਹੜੀ ਚਿੱਠੀ ਦਾ ਜਵਾਬ ਆਇਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਹਲ ਪ੍ਰੋਧਤ ਸਾਹਿਬ ਵੱਲੋਂ ਉਹਨਾਂ ਨੇ ਜਿੱਥੇ ਜ਼ਿਕਰ ਕੀਤਾਗਾ ਕਿ ਜੋ ਤੁਸੀਂ ਮੈਨੂੰ ਚਿੱਠੀ ਲਿਖੀ ਆ ਕਿ 5637 ਕਰੋੜ ਰੁਪਏ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਸੈਂਟਰ ਸਰਕਾਰ ਨੇ ਨਹੀਂ ਦਿੱਤਾਗਾ ਉਹਦੇ 'ਚ ਤੁਸੀਂ ਮੇਰੀ ਦਖਲਅੰਦਾਜ਼ੀ ਮੰਗੀ ਆ ਕਿ ਪ੍ਰਧਾਨ ਮੰਤਰੀ ਨਾਲ ਇਸ ਬਾਬਤ ਗੱਲਬਾਤ ਕੀਤੀ ਜਾਵੇ ਪਰ ਉਹਨਾਂ ਇਹ ਵੀ ਕਿਹਾ ਕਿ ਮੈਂ ਇਸ ਮਸਲੇ ਦੇ ਵਿੱਚ ਦਖਲਅੰਦਾਜ਼ੀ ਦਵਾਂਗਾ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਪ੍ਰਤੀ ਮੇਰੀ ਫਰਜ਼ ਆ ਮੇਰੀ ਜ਼ਿੰਮੇਵਾਰੀ ਆ ਪਰ ਸਵਾਲ ਇਹ ਵੀ ਆ ਕਿ ਮੈਨੂੰ ਕੁਝ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਕਿ ਤੁਸੀਂ ਆਲ ਰੈਡੀ ਪਹਿਲਾਂ ਹੀ 5537 ਕਰੋੜ ਰੁਪਏ ਦੀ ਜਿਹੜਾ ਰੁਕਿਆ ਹੋਇਆ ਪੈਸਾ ਵਾ ਉਹਨੂੰ ਜਾਰੀ ਕਰਵਾਉਣ ਵਾਸਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਇਸ ਕਰਕੇ ਫਿਲਹਾਲ ਸਾਨੂੰ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਕੀ ਇਸ ਫੈਸਲੇ 'ਚ ਆਪਣਾ ਫੈਸਲਾ ਸੁਣਾਉਂਦੀ ਆ ਉਹ ਸਾਨੂੰ ਇੰਤਜ਼ਾਰ ਕਰਨਾ ਪਏਗਾ ਪਰ ਫਿਰ ਮੈਂ ਵੀ ਇਸ ਮਸਲੇ ਦੇ ਵਿੱਚ ਤਾਂ ਹੀ ਗੱਲ ਕਰ ਸਕਦਾ ਲੇਕਿਨ ਸਾਨੂੰ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਨਾਲ ਦੀ ਨਾਲ ਉਹਨਾਂ ਰਾਸ਼ਪਾਲ ਬਨਵਾਰੀ ਲਾਲ ਪ੍ਰੋਸ ਸਾਹਿਬ ਨੇ ਇਹ ਵੀ ਮੁੱਖ ਮੰਤਰੀ ਨੂੰ ਲਿਖਿਆ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਦਾ ਤੁਸੀਂ ਪੰਜਾਬ ਸਰਕਾਰ ਸੰਭਾਲੀ ਹੈ ਬਤੌਰ ਮੁੱਖ ਮੰਤਰੀ ਅਹੁਦਾ ਸੰਭਾਲਿਆ ਪੰਜਾਬ ਚਾਹਮਾ ਦੀ ਪਾਰਟੀ ਦੀ ਸਰਕਾਰ ਬਣੀ ਹੈ ਕਰੀਬ 18 ਮਹੀਨਿਆਂ ਤੋਂ ਤੁਸੀਂ ਪਯਾ ਯਾਰ ਕਰੋੜ ਰੁਪਏ ਦਾ ਕਰਜ਼ਾ ਵੀ ਚੁੱਕਿਆ ਸਰਕਾਰ ਚਲਾਉਣ ਵਾਸਤੇ ਇਸ ਕਰਕੇ ਸਹੀ ਇਹੀ ਹੋਏਗਾ ਕਿ ਜਿਹੜੀ ਤੁਸੀਂ ਪ੍ਰੋਪਰ ਇਸ ਮਸਲੇ ਦੇ 50000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਉਹਦੀ ਜਿਹੜੀ ਸਹੀ ਜਿਹੜੀ ਪੈਸੇ ਦੀ ਵਰਤੋਂ ਕੀਤੀ ਆ ਉਸ ਮਸਲੇ ਦੇ ਵਿੱਚ ਮੈਨੂੰ ਡਿਟੇਲ ਭੇਜੀ ਜਾਵੇ ਤਾਂ ਜੋ ਫਿਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਾਂ ਉਹਨਾਂ ਨੂੰ ਤੱਥਾਂ ਤੇ ਦਲੀਲਾਂ ਦੇ ਨਾਲ ਉਹਨਾਂ ਨੂੰ ਕਨਵਿੰਸ ਕਰ ਸਕਾਂ ਕਿ ਜਿਹੜਾ ਸਾਡਾ ਪੈਸਾ ਰੁਕਿਆ ਹੋਇਆ 52 36 ਕਰੋੜ ਰੁਪਈਆ ਉਹ ਜਾਰੀ ਕੀਤਾ ਜਾਵੇ ਲੇਕਿਨ ਇਹਦੇ ਵਾਸਤੇ ਪਹਿਲਾਂ ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਪਏਗਾ ਤੇ ਨਾਲ ਦੀ ਨਾਲ ਜਿਹੜੀ ਤੁਹਾਡੀ ਅਗਵਾਈ ਦੇ ਵਿੱਚ ਸਰਕਾਰ ਬਣੀ ਹੈ ਜਿਹੜੀ ਸਰਕਾਰ ਨੇ ਹੁਣ ਤੱਕ 50000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਵਾ ਉਹਦੀ ਵੀ ਮੈਨੂੰ ਡਿਟੇਲ ਦਿੱਤੀ ਜਾਵੇ ਤਾ ਜੋ ਮੈਂ ਪੂਰੇ ਸਬੂਤਾਂ ਦੇ ਨਾਲ ਪੂਰੇ ਦਲੀਲਾਂ ਦੇ ਨਾਲ ਪੂਰੇ ਪੱਖਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਗੱਲ ਕਰ ਸਕਾਂ ਇਹ ਇੱਕ ਜਾਰੀ ਬਾਅਦ ਚ ਜਿਹੜੀ ਚਿੱਠੀ ਰਿਲੀਜ਼ ਹੋਈ ਹੈ ਚਿੱਠੀ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਪੰਜਾਬ ਦੇ ਰਾਜਪਾਲ ਵੱਲੋਂ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਉਹਦੇ ਚ ਉਹਨਾਂ ਨੇ ਸਪਸ਼ਟ ਇਹ ਚੀਜ਼ ਜਿਹੜਾ ਲਿਖਿਆ ਹੋਇਆ ਮਸਲਾ ਕਿ ਅੱਜ ਉਹਨਾਂ ਨੇ ਜਿਹੜੀ ਚਿੱਠੀ ਲਿਖਿਆ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਚਿੱਠੀ ਲਿਖੀ ਸੀ ਕਿ 5537 ਕਰੋੜ ਰੁਪਏ ਚ ਉਹਨਾਂ ਨੇ ਰਾਜਪਾਲ ਦੀ ਜਿਹੜੀ ਅ ਦਖਲ ਮੰਗਿਆ ਸੀ ਉਸ ਮਸਲੇ ਦੇ ਵਿੱਚ ਪੰਜਾਬ ਭਵਨ ਵੱਲੋਂ ਪੰਜਾਬ ਰਾਜ ਭਵਨ ਵੱਲੋਂ ਜਿਹੜਾ ਜਾਰੀ ਪ੍ਰੈਸ ਬਿਆਨ ਦੇ ਵਿੱਚ ਉਹਨਾਂ ਨੇ ਭਰੋਸਾ ਵੀ ਦਿੱਤਾ ਹੈਗਾ ਲੇਕਿਨ ਨਾਲ ਦੀ ਨਾਲ ਉਹਨਾਂ ਕਿਹਾ ਕਿ ਸਾਨੂੰ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦਾ ਇੰਤਜ਼ਾਰ ਕਰਨਾ ਹੋਏਗਾ ਔਰ ਉਹਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਮੇਰੀ ਮੇਰਾ ਫਰਜ਼ ਆ ਮੇਰੀ ਜ਼ਿੰਮੇਵਾਰੀ ਆ ਤੇ ਮੁੱਖ ਮੰਤਰੀ ਉਹ ਜਵਾਬੀ ਲਿਖੇ ਪੱਤਰ ਦੇ ਵਿੱਚ ਉਹਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਅਤੇ ਆਪਣੇ ਫਰਜ਼ਾਂ ਦੇ ਪ੍ਰਤੀ ਮੈਂ ਇੱਕ ਜ਼ਿੰਮੇਵਾਰ ਜਾਂ ਮੇਰੀ ਵਚਨਬੱਧਤਾ ਔਰ ਜਿੱਥੋਂ ਤੱਕ ਸਵਾਲ ਆ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਪੰਜਾਬ ਦਾ ਵਿਕਾਸ ਫੰਡ ਦਾ ਜਿਹੜਾ ਮਸਲਾ ਬਾ ਉਠਾਇਆ ਜਾਵੇ ਉਹਨੇ ਕਹੇ ਕਿ ਮੈਂ ਇਸ ਮਸਲੇ ਤੇ ਗੱਲ ਕਰਾਂਗਾ ਲੇਕਿਨ ਨਾਲ ਦੀ ਨਾਲ ਕਿਉਂਕਿ ਮਾਮਲਾ ਜਿਹੜਾ ਮੌਜੂਦਾ ਸਥਿਤੀ ਦੇ ਵਿੱਚ ਦੇਸ਼ ਦੀ ਸਰਵੋੱਚ ਅਦਾਲਤ ਦੇ ਵਿਚਾਰ ਦੀ ਨ ਤੇ ਅਜਿਹੀ ਸਥਿਤੀ ਜ ਜ ਸਾਨੂੰ ਇੰਤਜ਼ਾਰਨ ਕਰਨਾ ਪਏਗਾ ਉਹਨੇ ਕਹੇ ਕਿ ਮੁੱਖ ਮੰਤਰੀ ਨੂੰ ਉਹਨਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਸਰਕਾਰ ਨੇ ਇਹ ਦਰਵਾਜ਼ਾ ਸੁਪਰੀਮ ਕੋਰਟ ਦਾ ਖੜਕਾਇਆ ਹਾਲਾਂਕਿ ਅਗਰ ਇਸ ਮਸਲੇ ਤੋਂ ਪਹਿਲਾਂ ਵੀਰ ਨਾਲ ਡਿਸਕਸ ਕਰਦੇ ਵਿਚਾਰ ਕਰਦੇ ਜਾਂ ਮੇਰਾ ਦਖਲ ਮੰਗਦੇ ਤੇ ਲਾਜ਼ਮੀ ਤੌਰ ਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰ ਸਕਦਾ ਸੀ ਰਾਜਪਾਲ ਨੇ ਕਿਹਾ ਕਿ ਕਾਨੂੰਨ ਦੀ ਉਚਿਤ ਪ੍ਰਕਿਰਿਆ ਦਾ ਸਨਮਾਨ ਕਰ ਲਈ ਤੇ ਮਾਮਲੇ ਤੇ ਜਿਹੜਾ ਨਿਆਂ ਪ੍ਰਣਾਲੀ ਦਾ ਫੈਸਲਾ ਆਊਗਾ ਸਾਨੂੰ ਉਸ ਦਾ ਇੰਤਜ਼ਾਰ ਕਰਨਾ ਪਏਗਾ ਉਹਨਾਂ ਨੇ ਇੰਤਜ਼ਾਰ ਕਰਨ ਦੇ ਮਹੱਤਵ ਤੇ ਜ਼ੋਰ ਦਿੱਤਾਗਾ ਉਹਨਾਂ ਵੀ ਕਿਹਾ ਕਿ ਇਸ ਮੁੱਦੇ ਤੇ ਕੋਈ ਵੀ ਅੱਗੇ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਹਰ ਹਾਲਤ ਵਿੱਚ ਕਰਨਾ ਚਾਹੀਦਾ ਇਸ ਤੋਂ ਇਲਾਵਾ ਰਾਜਪਾਲ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਜਦੋਂ ਤੁਹਾਡੀ ਸੂਬੇ ਵਿੱਚ ਸਰਕਾਰ ਬਣੀ ਆ ਤੁਸੀਂ 50000 ਕਰੋੜ ਰੁਪਏ ਦਾ ਕਰਜ਼ਾ ਲਿਆ ਕਰਜ਼ਾ ਵੱਧ ਚੁੱਕਾ ਪੰਜਾਬ ਦੇ ਔਰ ਇਸ ਕਰਕੇ ਆਰਡੀਐਫ ਮਾਮਲੇ ਦੇ ਹੱਲ ਲਈ ਉਨੇ ਕਿਹਾ ਕਿ ਉਹ ਜਿਹੜੀ ਇਹ 50000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲਿਆ ਇਹਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇ ਤਾਂ ਜੋ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਪ੍ਰਭਾਵਸ਼ਾਲੀ ਤਰੀਕੇ ਨਾਲ ਪੰਜਾਬ ਦਾ ਕੇਸ ਰੱਖਿਆ ਜਾਵੇ ਉਹਨੇ ਕਿਹਾ ਕਿ ਇਹ ਵੀ ਜਿਹੜੀ ਜਾਣਕਾਰੀ ਹੈ ਕਿ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਜਿਹੜਾ 50000 ਕਰੋੜ ਰੁਪਇਆ ਦਾ ਕਰਜ਼ਾ ਚੱਕਿਆ ਉਹ ਤੁਸੀਂ ਜ਼ਿੰਮੇਵਾਰ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਵਾਸਤੇ ਜੇ ਕੰਮ ਕੀਤਾ ਹੋਗਾ ਭਲਾਈ ਵਾਸਤੇ ਤੇ ਇਹ ਵੀ ਡਿਟੇਲ ਸਾਂਝੀ ਕੀਤੀ ਜਾਵੇ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅੱਗੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਪੰਜਾਬ ਦੇ ਕੇਸ ਨੂੰ ਸਾਹਮਣੇ ਰੱਖਿਆ ਜਾ ਸਕੇ ਇੱਕ ਜਾਰੀ ਬਿਆਨ ਦੇ ਵਿੱਚ ਉਹਨਾਂ ਇਹ ਵੀ ਲਿਖਿਆ ਹੈਗਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਸਰਵ ਜਿਹੜੇ ਹਿੱਤ ਹਿੱਤਾਂ ਨਾ ਜਾ ਉਹਨਾਂ ਦੀ ਜਿਹੜੀ ਪਹਿਲ ਆ ਉਹਨਾਂ ਨੂੰ ਬਣਾਏ ਰੱਖਣ ਦੇ ਲਈ ਜਿਹੜੀ ਉਹਨਾਂ ਕਿਹਾ ਕਿ ਬਤੌਰ ਪੰਜਾਬ ਉਹ ਪੂਰੀ ਤਰ੍ਹਾਂ ਰਾਜਪਾਲ ਦੇ ਅਹੁਦੇ ਦੇ ਜ਼ਿੰਮੇਵਾਰ ਹੋਣ ਦੇ ਨਾਤੇ ਉਹਨਾਂ ਉਹ ਪੰਜਾਬ ਦੀ ਜਨਤਾ ਦੇ ਨੂੰ ਜਿਹੜੇ ਨੇ ਉਹ ਸਮਰਪਿਤ ਹਨ ਔਰ ਉਹਨਾਂ ਇਹ ਵੀ ਕਹਿ ਕੇ ਸੂਬੇ ਦੇ ਵਿੱਤ ਅਤੇ ਜਿਹੜੇ ਸਾਧਨ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਪੂਰਨ ਰੂਪ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਜਨਾਬ ਜਵਾਬਦੇਹੀ ਜਿਹੜੀ ਆ ਉਹ ਸਨਿਚਿਤ ਕਰ ਲਈ ਵੀ ਉਹਨਾਂ ਨੇ ਕਿਹਾ ਕਿ ਉਹ ਬਚਨ ਬਰਤਦਾ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਨਿਸ਼ਟਾਪੂਰਵਕ ਸੇਵਾ ਕਰਲੇ ਵੀ ਉਹਨਾਂ ਦਾ ਜਿਹੜਾ ਅਟੁੱਟ ਜਿਹੜੀ ਦ੍ਰਿੜਤਾ ਉਹਨੂੰ ਵੀ ਦਰਸਾਉਂਦੀ ਆ ਗਿਆ ਇਸ ਮਸਲੇ ਦੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੀ ਡਿਊਟੀ ਸਮਝਦੇ ਹੋਏ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੁਣ ਦੇਖਦੇ ਹਾਂ ਜਿਹੜਾ ਉਹਨੇ ਕਿਹਾ ਇਸ ਮਸਲੇ ਦੇ ਵਿੱਚ ਕਿ ਉਹ ਕੇਸ ਸੈਂਟਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਸੁਪਰੀਮ ਕੋਰਟ ਦਾ ਪਹਿਲਾ ਦਰਵਾਜ਼ਾ ਖੜਕਾ ਦਿੱਤਾ ਤੇ ਦੂਜਾ ਜਿਹੜਾ ਤੁਸੀਂ 50 ਹਜ਼ਾਰ ਕਰੋੜ ਰੁਪਏ ਦਾ ਕਰਜਾ ਲਿਆ ਉਹ ਵੀ ਡਿਟੇਲ ਭੇਜੀ ਜਾਵੇ ਕਿ 50 ਹਜ਼ਾਰ ਕਰੋੜ ਰੁਪਇਆ ਕਿੱਥੇ ਕਿੱਥੇ ਖਰਚ ਕੀਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਚਿੱਠੀ ਲਿਖੀ ਉਹ ਚਿੱਠੀ ਦਾ ਜਵਾਬ ਚਿੱਠੀ ਦੇ ਰੂਪ ਦੇ ਵਿੱਚ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਜਾ ਚੁੱਕਾ ਗਿਆ ਹੁਣ ਦੇ ਦਿਆਂ ਮੁੱਖ ਮੰਤਰੀ ਭਗਵੰਤ ਮਾਨ ਇਸ ਚਿੱਠੀ ਦਾ ਜਵਾਬ ਫਿਰ ਚਿੱਠੀ ਰਾਹੀਂ ਦਿੰਦੇ ਨੇ ਕਿ ਜਾਂ ਫਿਰ ਜਿਹੜਾ ਚਿੱਠੀਆਂ ਦਾ ਜਿਹੜਾ ਲਿਖਣ ਦਾ ਜਿਹੜਾ ਸਿਲਸਿਲਾ ਇੱਥੇ ਖਤਮ ਹੋਏਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ